ਨਹੀਂ ਮੂਸੇ ਵਾਲੇ ਗਾਣੇ ਦਾ ਪਤਾ ਸੀ, ਪਰ ਮੈਂ ਇਹਨਾਂ ਤੋਂ ਬਹੁਤ ਬਰਖਿਲਾਫ ਹਾਂ ਜੀ ਤਕਰੀਬ, ਅਤੇ ਇਹਨਾਂ ਨੂੰ ਵੀ ਕਹੀਦਾ ਮੈਂ ਕਿਹਾ ਗੰਦਾਂ ਨੂੰ ਪ੍ਰਮੋਟ ਕਰਨਾ, ਆਪਾਂ ਇਹਨਾਂ ਨੂੰ ਸੁਣੀਏ, ਕਾਹਦੇ ਲਈ ਸੁਣਨਾ ਇਹਨਾਂ ਨੂੰ। ਅੱਜ ਸਿੱਧੂ ਮੂਸੇਵਾਲਾ ਇੱਕ ਬਈ ਬ੍ਰਾਂਡ ਆ, ਬਹੁਤ ਵੱਡਾ ਬ੍ਰਾਂਡ ਆ, ਔਰ ਉਸ ਬੰਦੇ ਦੀ ਪਿੱਠ ਸੁਣਦੀ ਆ ਮੈਂ ਜਦੋਂ ਜਦੋਂ ਵੀ, ਜਿੰਨੀ ਜਿੰਨੀ ਵਾਰ ਵੀ ਜੋ ਵੀ ਕੁਛ ਕਹਿਣਾ ਚਾਹਿਆ। ਹਾਂ ਬਈ, ਹਾਂਜੀ ਵੀਰੇ, ਮੈਂ ਲੈ ਯਾਰ ਉਹਨਾਂ ਨੇ ਕੀ ਗੱਲ ਇਹ ਦੱਸਾਂ, ਫੋਟੋ ਸਾਰੇ ਖਿੱਚੋ, ਅੱਜ ਸਾਰੇ ਪਾਸੇ ਹੋਣੀ ਚਾਹੀਦੀ ਫੋਟੋ। ਭਾਈ ਆ ਜਾ ਛੋਟੂ, ਤੂੰ ਵੀ ਆ ਜਾ ਪੁੱਤਰ, ਆ ਜਾ ਆ ਜਾ ਮੇਰੇ ਇੱਧਰ ਇੱਧਰ ਇੱਧਰ। ਆ ਮੇਰੇ ਪੁੱਤ ਨੇ ਬੜੀ ਵਧੀਆ ਇੰਗਲਿਸ਼ ਲਿਖੀ ਹੋਈ ਹੈ, ਪਰ ਮੈਨੂੰ ਸਮਝ ਨਹੀਂ ਆਉਣੀ ਇਹਦੇ 'ਚ ਵੀ ਆਹੀ ਕੁਛ ਲਿਖਿਆ ਹੋਣਾ ਨਾ ਪੁੱਤ। ਸਤਿ ਸ਼੍ਰੀ ਅਕਾਲ ਜੀ, ਬਾਜੀ ਜੰਡ ਵੀਰੇ, ਮੈਂ ਤੁਸੀਂ ਸਿੱਧੂ ਮੂਸੇਵਾਲੇ ਬਾਰੇ ਕੁਛ ਬੋਲਿਆ ਕਿ ਮੈਂ ਗੰਦ ਨੂੰ ਪ੍ਰਮੋਟ ਨਹੀਂ ਕਰਦਾ, ਅਤੇ ਕਾਫੀ ਕੁਛ ਬੋਲਿਆ ਹੈ ਨਾ, ਚਲੋ ਕੋਈ ਗੱਲ ਨਹੀਂ ਬੋਲਿਆ ਤੁਸੀਂ। ਪਹਿਲੀ ਗੱਲ ਵੀਰੇ ਦੇਖੋ, ਸਿੱਧੂ ਮੂਸੇਵਾਲਾ ਉਹਨੂੰ ਪ੍ਰਮੋਸ਼ਨ ਦੀ ਲੋੜ ਨਹੀਂ ਹੈ, ਸਿੱਧੂ ਮੂਸੇਵਾਲੇ ਨੂੰ ਇਹ ਲੋੜ ਨਹੀਂ ਹੈ ਕਿ ਬਾਜੀ ਜੰਡ ਦਾ ਨਾਮ ਲੈ ਕੇ ਉਹ ਆਪਣਾ ਗਾਣਾ ਪ੍ਰਮੋਟ ਕਰੇ, ਜਾਂ ਤੁਹਾਡੇ ਤੋਂ ਸ਼ੇਅਰ ਕਰਵਾ ਕੇ ਆਪਣਾ ਗਾਣਾ ਜਾਂ ਆਪਣੀ ਕੋਈ ਵੀ ਵੀਡੀਓ ਤੁਹਾਡੇ ਤੋਂ ਸ਼ੇਅਰ ਕਰਵਾ ਕੇ ਅਤੇ ਸਿੱਧੂ ਮੂਸੇਵਾਲਾ ਆਪਣੇ ਗਾਣੇ ਨੂੰ ਪ੍ਰਮੋਸ਼ਨ ਦੇਵੇ ਜਾਂ ਹਿੱਟ ਕਰੇ, ਠੀਕ ਹੈ। ਇਹ ਸਿੱਧੂ ਮੂਸੇਵਾਲੇ ਵੀਰ ਨੂੰ ਜ਼ਰੂਰਤ ਨਹੀਂ ਹੈ। ਦੂਜੀ ਗੱਲ ਯਾਰ, ਮੈਂ ਸੱਚੀ ਕਹਿਣਾ ਯਾਰ, ਕਸਮ ਲੱਗੇ ਮੈਂ ਝੂਠ ਨਹੀਂ ਬੋਲੂੰਗਾ ਬਿਲਕੁਲ ਬਾਜੀ ਜੰਡ ਵੀਰੇ, ਮੈਂ ਬਿਲਕੁਲ ਸੱਚ ਬੋਲੂੰਗਾ, ਕਿਉਂਕਿ ਯਾਰ ਮੈਂ ਤਾਂ ਤੈਨੂੰ ਜਾਣਦਾ ਨਹੀਂ ਸੀਗਾ। ਦੇਖ ਠੀਕ ਆ, ਸਿੱਧੂ ਮੂਸੇਵਾਲੇ ਵੀਰ ਨੇ ਤੇਰਾ ਨਾਮ ਲਿਆ ਗਾਣੇ ਦੇ ਵਿੱਚ ਬਾਜੀ ਜੰਡ, ਤਾਂ ਅਸੀਂ ਸਰਚ ਮਾਰੀ, ਤਾਂ ਅਸੀਂ ਸੋਚਿਆ ਵੀ ਯਾਰ ਬਾਜੀ ਜੰਡ ਹੈ ਕੌਣ। ਦੇਖ ਤੂੰ ਆਪਣੇ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿ ਮੈਨੂੰ ਕਾਲ ਆਈ ਕਿ ਤੂੰ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਉਹ ਪ੍ਰਮੋਟ ਕਰ, ਠੀਕ ਹੈ, ਪਰ ਸ਼ਾਇਦ ਤੇਰੇ ਪ੍ਰਮੋਟ ਕਰਨ ਨਾਲ ਯਾਰ ਸਿੱਧੂ ਮੂਸੇਵਾਲੇ ਦਾ ਗਾਣਾ ਪ੍ਰਮੋਟ ਹੋਵੇ, ਇਹ ਨਹੀਂ ਹੋ ਸਕਦਾ ਕਿਸੇ ਵੀ ਕਾਲ, ਠੀਕ ਹੈ। ਔਰ ਮੈਂ ਸੱਚ ਕਹਿਣਾ ਯਾਰ, ਕਸਮ ਲੱਗੇ ਸਿੱਧੂ ਮੂਸੇਵਾਲੇ ਦੇ ਸਿਰ 'ਤੇ ਸਿੱਧੂ ਮੂਸੇਵਾਲੇ ਦੇ ਨਾਮ ਲੈਣ 'ਤੇ ਤੇਰਾ ਨਾਮ ਲਿਆ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਨੇ, ਠੀਕ ਹੈ, ਤਾਂ ਤੂੰ ਪ੍ਰਮੋਟ ਹੋਇਆ, ਤੈਨੂੰ ਲੋਕਾਂ ਨੇ ਸਰਚ ਮਾਰਿਆ, ਠੀਕ ਹੈ, ਤੂੰ ਲੋਕਾਂ ਦੀਆਂ ਨਜ਼ਰਾਂ 'ਚ ਆਇਆ, ਉਸ ਤੋਂ ਬਾਅਦ ਹੀ ਤੇਰੇ ਇੰਟਰਵਿਊ ਹੋਣ ਲੱਗੇ ਨੇ, ਅਦਰਵਾਈਜ਼ ਤੈਨੂੰ ਕੌਣ ਪੁੱਛਦਾ ਸੀਗਾ ਵੀਰੇ। ਯਾਰ ਚਲੋ ਗੁੱਸਾ ਨਾ ਕਰਿਓ, ਠੀਕ ਹੈ, ਤੁਸੀਂ ਆਪਣੇ ਖੇਡ ਮੇਲੇ 'ਚ ਹਿੱਟੋਂ ਤੁਸੀਂ ਆਪਣੇ ਦਮ 'ਤੇ ਬਹੁਤ ਕੁਛ ਕਰਦੇ ਹੋ, ਠੀਕ ਹੈ, ਅਤੇ ਤੁਸੀਂ ਕਹਿੰਦੇ ਹੋ ਵੀ ਮੈਂ ਮਾਰ ਦਾਂਗਾ ਕਿਸੇ ਨੂੰ ਐਂਬੂਲੈਂਸ 'ਚ ਪਾ ਕੇ ਲਿਜਾਊਗਾ, ਜਿਹਨੂੰ ਮੈਂ ਕਰ ਦੂੰ ਬਾਹਰ ਕਰ ਦੂੰ, ਉਹ ਤੁਹਾਡੀ ਲਾਈਫ ਪਰਸਨਲ ਲਾਈਫ ਹੈ, ਉਹ ਤੁਸੀਂ ਆਪਣੇ ਜ਼ੋਰ 'ਤੇ ਆਪਣੀ ਮਿਹਨਤ ਦੇ ਨਾਲ ਸਭ ਕੁਛ ਕਰ ਰਹੇ ਹੋ, ਹਰੇਕ ਬੰਦੇ ਦੀ ਅਲੱਗ ਅਲੱਗ ਮਿਹਨਤ ਆ, ਆਪਣੀ ਆਪਣੀ ਮਿਹਨਤ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਬਹੁਤ ਬੁਰੀ ਗੱਲ, ਬਹੁਤ ਮਾੜੀ ਗੱਲ ਜੋ ਮੈਨੂੰ ਲੱਗੀ ਕਿ ਤੁਸੀਂ ਕਿਹਾ ਕਿ ਸਿੱਧੂ ਮੂਸੇਵਾਲਾ ਗੰਦ ਹੈ, ਮੈਂ ਗੰਦ ਨੂੰ ਪ੍ਰਮੋਟ ਨਹੀਂ ਕਰਦਾ। ਔਰ ਵੀਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਿੱਧੂ ਮੂਸੇਵਾਲੇ ਨੇ ਅੱਜ ਤੱਕ ਕੋਈ ਵੀ ਗੰਦਾ ਜਾਂ ਇੱਦਾਂ ਦਾ ਕੋਈ ਗਾਣਾ ਨਹੀਂ ਗਾਇਆ ਜਿਹਦੇ ਕਰਕੇ ਸਾਨੂੰ ਸ਼ਰਮ ਆਵੇ ਜਾਂ ਅਸੀਂ ਕਹਿ ਸਕੀਏ ਕਿ ਸਿੱਧੂ ਮੂਸੇਵਾਲਾ ਗੰਦ ਗਾਉਂਦਾ ਹੈ। ਅਤੇ ਜਿਹੜੇ ਗੰਦ ਗਾਉਂਦੇ ਨੇ ਉਹਨਾਂ ਅੱਗੇ ਤੁਸੀਂ ਕੀ ਕੋਈ ਵੀ ਬੋਲ ਨਹੀਂ ਸਕਦਾ, ਜਿਹੜੇ ਵਧੀਆ ਗਾਉਂਦੇ ਆ ਉਹਨਾਂ ਨੂੰ ਹੀ ਤੁਸੀਂ ਇੱਦਾਂ ਦਾ ਮਾੜਾ ਚੰਗਾ ਬੋਲਦੇ ਹੋ। ਸਿੱਧੂ ਮੂਸੇਵਾਲਾ ਇਸ ਟਾਈਮ ਬ੍ਰਾਂਡ ਹੈ, ਠੀਕ ਹੈ, ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਸਿੱਧੂ ਮੂਸੇਵਾਲੇ ਦੇ ਨਾਲ ਨੇ, ਚਲੋ ਕੋਈ ਗੱਲ ਨਹੀਂ ਯਾਰ, ਸਿੱਧੂ ਮੂਸੇਵਾਲੇ ਨੂੰ ਪਹਿਲਾਂ ਵੀ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਮੂਸੇਵਾਲਾ ਜੱਟ 69 ਨਾ ਦਵੇ ਨਾ ਖੜੇ, ਉਹ ਤਾਂ